ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਜਿਹੜਾ ਉਦੇਸ਼ ਹੈ ਝਾਰਖੰਡ ਤੋਂ ਲੈ ਕੇ ਆਉਂਦਾ ਸੀ ਅਫੀਮ, ਅਤੇ ਟ੍ਰੇਨ ਦਾ ਮੈਥਡ ਲੈਂਦੇ ਸੀ, ਆਪਦਾ ਸਕੂਟਰ ਸਟੇਸ਼ਨ 'ਚ ਪਾਰ ਕਰਤਾ, ਸਾਹਨੇਵਾਲ ਉਤਰੇ, ਉਹ ਤੋਂ ਬਾਅਦ ਦੋਨੇ ਇਕੱਠੇ ਹੋ ਜਾਂਦੇ ਸੀ, ਫਿਰ ਇਹ ਇੱਥੇ ਛੋਟੀ ਮਾਤਰਾ 'ਚ ਉਸ ਅਫੀਮ ਨੂੰ ਅੱਗੇ ਸਪਲਾਈ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੇ ਦੋ ਆਰੋਪੀਆਂ ਨੂੰ 1 ਕਿਲੋ ਅਫੀਮ ਅਤੇ 1 ਬਾਈਕ ਸਣੇ ਕਾਬੂ ਕੀਤਾ ਹੈ। ਪੁਲਿਸ ਕਰਮੀਆਂ ਨੇ ਦੱਸਿਆ ਕਿ ਆਰੋਪੀ ਝਾਰਖੰਡ ਤੋਂ ਰੇਲ ਗੱਡੀ ਰਾਹੀਂ ਅਫੀਮ ਲੁਧਿਆਣਾ ਲੈ ਕੇ ਆ ਰਹੇ ਸਨ ਅਤੇ ਲੁਧਿਆਣਾ ਪਹੁੰਚਣ ਤੋਂ ਬਾਅਦ ਉਹ ਆਪਣੇ ਗਾਹਕਾਂ ਨੂੰ ਅੱਗੇ ਇਸ ਦੀ ਸਪਲਾਈ ਦਿੰਦੇ ਸਨ। ਫੜੇ ਗਏ ਆਰੋਪੀ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦਾ ਇਹ ਅਵੈਧ ਕਾਰੋਬਾਰ ਕਰ ਰਹੇ ਸਨ। ਉੱਥੇ ਇੱਕ ਹੋਰ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਅਜਿਹੇ ਆਰੋਪੀ ਨੂੰ ਕਾਬੂ ਕੀਤਾ ਹੈ ਜੋ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਜਾਲ ਵਿੱਚ ਫਸਾ ਕੇ ਉਹਨਾਂ ਦਾ ਏਟੀਐਮ ਕਾਰਡ ਬਦਲ ਦਿੰਦਾ ਸੀ ਅਤੇ ਬਾਅਦ ਵਿੱਚ ਉਹਨਾਂ ਦੇ ਏਟੀਐਮ ਕਾਰਡ ਦੇ ਰਾਹੀਂ ਪੈਸੇ ਕਢਵਾ ਲੈਂਦਾ ਸੀ। ਪੁਲਿਸ ਨੇ ਇਸ ਆਰੋਪੀ ਕੋਲੋਂ 8,000 ਰੁਪਏ ਨਕਦੀ ਅਤੇ 1 ਏਟੀਐਮ ਕਾਰਡ ਵੀ ਬਰਾਮਦ ਕੀਤਾ ਹੈ। ਐਫਆਈਆਰ ਨੰਬਰ 280 ਰਜਿਸਟਰ ਕੀਤੀ ਹੈ, ਜਿਹਦੇ ਵਿੱਚ ਅਸੀਂ ਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇੱਕ ਦਾ ਨਾਂ ਅਵਦੇਸ਼ ਕੁਮਾਰ ਹੈ ਬਸਤੀ ਜੋਧੇਵਾਲ ਤੋਂ, ਦੂਜਾ ਜੀਵਨ ਲਾਲ ਹੈ। ਜਿਹੜਾ ਅਵਦੇਸ਼ ਕੁਮਾਰ ਹੈ ਇਹ ਪਿੱਛੋਂ ਝਾਰਖੰਡ ਤੋਂ ਬਿਲੋਂਗ ਕਰਦਾ। ਇਹਨਾਂ ਦੀ ਮੋਡਸ ਪਰੈਂਡੀ ਇਹ ਹੈ ਕਿ ਵੀ ਇਹ ਜਿਹੜਾ ਉਦੇਸ਼ ਹੈ ਇਹ ਝਾਰਖੰਡ ਤੋਂ ਲੈ ਕੇ ਆਉਂਦਾ ਸੀ ਅਫੀਮ, ਇਹ ਟ੍ਰੇਨ ਦਾ ਮੈਥਡ ਲੈਂਦੇ ਸੀ, ਆਪਦਾ ਸਕੂਟਰ ਸਟੇਸ਼ਨ 'ਚ ਪਾਰ ਕਰਤਾ, ਸਾਹਨੇਵਾਲ ਉਤਰੇ, ਉਹ ਤੋਂ ਬਾਅਦ ਦੋਨੇ ਇਕੱਠੇ ਹੋ ਜਾਂਦੇ ਸੀ, ਫਿਰ ਇਹ ਇੱਥੇ ਛੋਟੀ ਮਾਤਰਾ 'ਚ ਉਸ ਅਫੀਮ ਨੂੰ ਅੱਗੇ ਸਪਲਾਈ ਕਰਦੇ। ਹੋਰ ਕੇਸ ਵੀ ਹੈ ਜੀ ਇਹਨਾਂ ਦੇ? ਝਾਰਖੰਡ ਵਾਲਿਆਂ ਦਾ ਅਸੀਂ ਉੱਥੇ ਝਾਰਖੰਡ ਤੋਂ ਵੇਰੀਫਾਈ ਕਰਾਂਗੇ ਕਿ ਇਹਦਾ ਬੈਕਗਰਾਊਂਡ ਕ੍ਰਿਮੀਨਲ ਹੈ ਕਿ ਨਹੀਂ ਹੈ, ਬਾਕੀ ਫਿਲਹਾਲ ਅਸੀਂ ਅੱਗੇ ਵੇਰੀਫਾਈ ਕਰਾਂਗੇ, ਫਿਲਹਾਲ ਸਾਡੇ ਕੋਲ ਨਹੀਂ ਹੈ ਕੋਈ ਇਨਫੋਰਮੇਸ਼ਨ। ਕਿੰਨੇ ਪਹਿਲੇ ਕੋਈ ਥਾਣੇ 'ਚ ਰਜਿਸਟਰਡ ਹੈਗਾ ਇਹਨਾਂ ਦੇ ਖਿਲਾਫ ਮੁਕਦਮਾ ਕੋਈ ਵੀ? ਨਹੀਂ ਫਿਲਹਾਲ ਕੋਈ ਨਹੀਂ ਹੈ। ਕਿੰਨੇ ਗ੍ਰਾਮ ਕਿਵੇਂ, ਕਿੰਨੇ ਕਿਲੋ ਅਫੀਮ ਫੜੀ ਹੈ? 1 ਕਿਲੋ ਅਫੀਮ ਫੜੀ ਹੈ। ਕਿਹੜੇ ਕਿਹੜੇ ਸ਼ਹਿਰ 'ਚ ਸਪਲਾਈ ਕਰਦੇ ਸੀ? ਇਹ ਲੁਧਿਆਣੇ 'ਚ ਹੀ ਕਰਦੇ ਸੀ, ਇੱਥੇ ਫੋਕਲ ਪੁਆਇੰਟ ਏਰੀਆ 'ਚ, ਡਾਬਾ ਏਰੀਆ 'ਚ, ਥਾਣੇ 'ਚ, ਉੱਥੇ ਕਰਦੇ ਸੀ। ਫੜੇ ਕਿੱਦਾਂ ਗਏ ਸਰ? ਇਹ ਅਸੀਂ ਨਾਕਾਬੰਦੀ ਕੀਤੀ ਸੀ, ਸਾਡੇ ਕੋਲ ਕੋਈ ਸਾਡੇ ਸੋਰਸ ਰਾਹੀਂ ਇਨਫੋਰਮੇਸ਼ਨ ਆਈ ਸੀ, ਉੱਥੋਂ ਅਸੀਂ ਨਾਕਾ ਲਾਇਆ ਸੀ, ਉੱਥੇ ਫੜੇ ਗਏ। ਨਸ਼ੇ ਦੇ ਵੀ ਆਦਿ ਹੈ? ਇਹ ਅੱਗੇ ਪਤਾ ਲੱਗੇਗਾ ਜੀ। ਨਸ਼ਾ ਵੀ ਇਸਦੇ ਆਦਿ ਤਾਂ ਹੋਣਗੇ। ਥਾਣਾ ਜਮਾਲਪੁਰ 'ਚ ਰਜਿਸਟਰ ਕੀਤੀ ਹੈ, ਇਹਦੇ ਵਿੱਚ ਇੱਕ ਭਾਵਨਾ ਗੁਪਤਾ ਨਾਂ ਦੀ ਕੁੜੀ ਹੈ, ਜਿਹਦੇ ਨਾਲ ਇਹ ਆਪਣਾ ਸ਼ੁਭਮ ਜੈਨ ਨਾਂ ਦਾ ਮੁੰਡਾ ਹੈ, ਇਹਨੇ ਬੜੀ ਚਲਾਕੀ ਦੇ ਨਾਲ ਉਹਦੇ ਏਟੀਐਮ ਕਾਰਡ ਚੇਂਜ ਕਰਕੇ ਫਿਰ ਦੂਜੇ ਪਾਸੇ ਜਾ ਕੇ ਏਟੀਐਮ ਤੋਂ ਉਹਦੇ 10,000 ਰੁਪਏ ਕਢਾ ਲਏ। ਅਸੀਂ ਜਦ ਫੁਟੇਜ ਕਢਾਈ ਤਾਂ ਫੁਟੇਜ ਤੋਂ ਸਾਨੂੰ ਇਹ ਕਲੀਅਰ ਹੋਇਆ SBI ਬੈਂਕ ਦੀ ਫੁਟੇਜ 'ਚ, ਫਿਰ ਅਸੀਂ ਇਸ ਬੰਦੇ ਨੂੰ ਕਾਬੂ ਕੀਤਾ ਅਤੇ ਇਹ ਹਲੇ ਮੁੱਢਲੀ ਪੁੱਛਗਿੱਛ 'ਚ ਅਜੇ ਮੰਨਦਾ ਕਿ ਵੀ ਇਹਨੇ 10 ਵਾਰਦਾਤਾਂ ਹੋਰ ਕੀਤੀਆਂ ਨੇ ਲੁਧਿਆਣੇ 'ਚ ਹੀ, ਅਤੇ ਇਹਨੂੰ ਅਸੀਂ ਰਿਮਾਂਡ 'ਚ ਲੈ ਕੇ ਅੱਗੇ ਵੀ ਹੋਰ ਪਤਾ ਕਰਾਂਗੇ ਵੀ ਇਹਨਾਂ ਦੇ ਨਾਲ ਕੌਣ ਸਾਥੀ ਨੇ ਅਤੇ ਹੋਰ ਕੋਈ ਵਾਰਦਾਤ ਐਕਸਟਰਾ ਕੀਤੀਆਂ ਜਾਂ ਨਹੀਂ। ਫਿਲਹਾਲ ਤਾਂ ਇੱਕੋ ਹੀ ਏਟੀਐਮ ਇਹਦੇ ਕੋਲ ਰਿਕਵਰ ਕੀਤਾ, ਪਰ ਹੁਣ ਰਿਮਾਂਡ 'ਚ ਲੈ ਕੇ ਅਸੀਂ ਅੱਗੇ ਹੋਰ ਕਰਾਂਗੇ। ਜਦੋਂ ਕਿਹੜੇ ਇਲਾਕੇ ਟਾਰਗੇਟ ਕਰਦੇ ਸੀ, ਕਿਹੜੇ ਮਤਲਬ ਪ੍ਰਵਾਸੀ ਬੰਦੇ ਟਾਰਗੇਟ ਕਰਦੇ ਸੀ, ਕਿਹੜੇ ਕਿਹੜੇ ਬੰਦੇ ਟਾਰਗੇਟ? ਇਹ ਹਮੇਸ਼ਾ ਸੌਫਟ ਟਾਰਗੇਟ ਲੱਭਦੇ ਹੈ, ਜਾਂ ਕੋਈ ਬਜ਼ੁਰਗ ਲੇਡੀ, ਬਜ਼ੁਰਗ ਬੰਦਾ ਜਾਂ ਲੇਡੀਜ਼ ਨੂੰ ਜ਼ਿਆਦਾਤਰ ਟਾਰਗੇਟ ਕਰਦੇ ਹੈ, ਛੋਟੇ ਉਮਰ ਦੇ ਟੀਨੇਜਰ ਨੂੰ ਵੀ ਟਾਰਗੇਟ ਕਰ ਲੈਂਦੇ। ਮੇਨ ਸਰ ਇੱਕੋ ਸਵਾਲ ਹੈ ਕਿ ਏਟੀਐਮ ਲੈਂਦੇ ਲੈ ਕੇ ਕਿੱਥੋਂ ਆਉਂਦੇ ਨੇ? ਜਿੱਦਾਂ ਸਟਾਰਟਿੰਗ 'ਤੇ ਏਟੀਐਮ ਯੂਜ਼ ਕਰਦੇ ਨੇ ਯਾਰ, ਏਟੀਐਮ ਆਉਂਦਾ ਕਿੱਥੋਂ ਮਤਲਬ? ਦੇਖੋ ਜੀ, ਇਹ ਗੈਂਗ ਹੈ, ਠੀਕ ਹੈ, 4-5 ਜਣਿਆਂ ਦਾ ਗੈਂਗ ਹੈ। ਕਈ ਵਾਰੀ ਸਾਡੇ ਐਕਸਪਾਇਰਡ ਏਟੀਐਮਸ ਹੁੰਦੇ ਆ, ਅਸੀਂ ਉਹ ਵੀ ਨਹੀਂ ਚੱਕਦੇ। ਕਈ ਵਾਰੀ ਇਹ ਅਗਲਾ ਲੈ ਵੀ ਲੈਂਦਾ ਕਿਤੋਂ, ਕਿਸੇ ਤੋਂ ਖੋ ਖਾ ਵੀ ਕਰ ਸਕਦਾ ਹੈ। ਇਸ ਚੀਜ਼ ਦਾ ਸਾਰੀ ਵੇਰੀਫਾਈ ਹੋਣਗੇ ਅਗਲੇ ਦੇ ਪਰਸ ਪੁਰਸ ਤੋਂ, ਜਿਹੜੇ ਕਾਰਡਸ ਹੁੰਦੇ ਆ ਇਹ
ਇਹਨਾਂ ਕੋਲ ਬੇਸਿਕਲੀ ਤਾਂ ਕਲੈਕਸ਼ਨ ਹੋ ਜਾਂਦੀ ਹੈ, ਜਿਵੇਂ HDFC ਦੇ ਰੱਖ ਲੈਂਦੇ, ਫਿਰ SBI ਦੇ ਰੱਖ ਲੈਂਦੇ, ਜਿਹੜੇ ATM ਨੂੰ ਟਾਰਗੇਟ ਕਰਦੇ ਆ ਦੇਖ ਲੈਂਦੇ ਆ ਉੱਥੇ ਵੀ ਬੰਦੇ ਕੋਲ, ਜੇ ਜਿਵੇਂ ਇਹਨਾਂ ਨੇ ਇਹਨੇ SBI ਕੀਤਾ, SBI ਦਾ ਕਾਰਡ ਸੀ, ਮਿਲਦਾ ਜੁਲਦਾ ਕਾਰਡ ਹੁੰਦਾ, ਇਹਨੇ ਬਸ SBI ਦਾ ਕਾਰਡ ਹੀ ਚੇਂਜ ਕਰਤਾ, ਅਗਲਾ ਜਲਦੀ 'ਚ ਰੱਖ ਲੈਂਦਾ, ਨਾ ਤਾਂ ਪੜਦਾ ਨਹੀਂ ਉਹਦੇ ਮੇਨ ਟਾਰਗੇਟ ਕਿਹੜੇ ਲੋਕ ਹੁੰਦੇ ਸੀ। ਦੱਸਿਆ ਮੈਂ ਤੁਹਾਨੂੰ, ਇਹ ਸੋਫਟ ਟਾਰਗੇਟ ਪ੍ਰੈਫਰ ਕਰਦੇ, ਇਹ ਅਸੀਂ ਰਿਮਾਂਡ 'ਚ ਲੈ ਕੇ ਇਹਨਾਂ ਨੂੰ ਵੇਰੀਫਾਈ ਕਰਾਂਗੇ। ਇਹ ਅਰਾਊਂਡ 10 ਵਾਰ ਦਿੱਤਾ ਹੈ ਸਾਡੇ ਕੋਲ, ਮੁੱਢਲੀ ਸਾਡੀ ਪੁੱਛਗਿੱਛ 'ਚ ਮੰਨਿਆ ਕਿ ਮੈਂ 10 ਵਾਰ ਦਿੱਤਾ ਲੁਧਿਆਣੇ 'ਚ ਹੀ ਕੀਤੀ ਹੈ। ਅਜੇ ਰਿਕਵਰ ਨਹੀਂ ਹੋਇਆ, ਅਸੀਂ ਰਿਮਾਂਡ 'ਚ ਲੈ ਕੇ ਇਹਨਾਂ ਤੋਂ ਸਾਰਾ ਅਜੇ ਕਰਾਂਗੇ। ਅਜਿਹੇ ਮਾਮਲੇ ਵੇਖ ਕੇ ਸਾਨੂੰ ਆਪ ਚਾਹੀਦਾ ਹੈ ਕਿ ਅਸੀਂ ਸਤਰਕ ਹੋ ਜਾਈਏ, ਕਿਸੇ ਦੇ ਉੱਤੇ ਵੀ ਭਰੋਸਾ ਨਾ ਕਰੀਏ, ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਈਏ, ਕਿਉਂਕਿ ਚੋਰਾਂ, ਠੱਗਾਂ, ਲੁਟੇਰਿਆਂ ਅਤੇ ਨਸ਼ਾ ਤਸਕਰਾਂ ਨੇ ਬਹੁਤ ਸਾਰੇ ਅਜਿਹੇ ਰਸਤੇ ਹੁਣ ਇਖਤਿਆਰ ਕਰ ਲਏ ਨੇ ਜੋ ਅਸੀਂ ਸੋਚ ਵੀ ਨਹੀਂ ਸਕਦੇ। ਇਸ ਲਈ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪ ਫੂਕ ਫੂਕ ਕੇ ਕਦਮ ਰੱਖੀਏ, ਅਜਿਹੇ ਲੁਟੇਰਿਆਂ ਤੋਂ, ਠੱਗਾਂ ਤੋਂ ਬਚ ਕੇ ਰਹੀਏ, ਤਾਂ ਜੋ ਕੋਈ ਵੀ ਸਾਡੀ ਖੂਨ ਪਸੀਨੇ ਦੀ ਮਿਹਨਤ ਦੀ ਕਮਾਈ ਉੱਤੇ ਡਾਕਾ ਨਾ ਪਾ ਸਕੇ। ਅਤੇ ਜੇਕਰ ਸਾਨੂੰ ਕਿਸੇ ਵੀ ਨਸ਼ਾ ਤਸਕਰ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਕਿ ਅਸੀਂ ਪੁਲਿਸ ਅਤੇ ਪ੍ਰਸ਼ਾਸਨ ਉਸ ਦੀ ਜਾਣਕਾਰੀ ਜ਼ਰੂਰ ਦਈਏ ਜੋ ਪੰਜਾਬ ਦੇ ਵਿੱਚ ਨਸ਼ੇ ਦਾ ਇਹ 6ਵਾਂ ਦਰਿਆ ਵਗ ਰਿਹਾ ਹੈ, ਤਾਂ ਜੋ ਇਸ ਨੂੰ ਵੀ ਬੰਦ ਕੀਤਾ ਜਾ ਸਕੇ, ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਕੋਹੜ ਤੋਂ ਬਚਾਇਆ ਜਾ ਸਕੇ। ਉਮੀਦ ਕਰਦੇ ਹਾਂ ਤੁਸੀਂ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਜ਼ਰੂਰ ਨਿਭਾਓਗੇ ਅਤੇ ਜੋ ਗੱਲਾਂ ਆਖੀਆਂ ਨੇ ਉਸ ਵੱਲ ਧਿਆਨ ਜ਼ਰੂਰ ਫਰਮਾਓਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਅਖੰਡਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।